जब आप लोग अखनूर रोड की तरफ जाते हैं तो पवन आइसक्रीम का जो अपना आउटलेट है उसके बिल्कुल सामने आप देखेंगे कि पुरानी गाड़ी आपको देखने को बड़ी बार मिली होगी। मुझे भी कई बार मिली, तो लेकिन आज मैंने सोचा कि इनकी जिनकी गाड़ी है उनसे बात की जाए। सभी को राम राम, सनातन धर्म की जाए। ये वन टन गाड़ी है जो कि निसान कंपनी की है और 1960 मॉडल है। इस गाड़ी का नंबर देखें आप, JKR0551। और जिनकी ये गाड़ी है आज हम उन्हीं से बात करेंगे। सरदार जी यहाँ पर मौजूद हैं। इन्होंने ये गाड़ी 1970 में ली थी और इनका नाम है करम सिंह जी। करम सिंह जी, सत श्री अकाल महाराज। करम जी, किसले गड्डी ले ही तुसी खरीदी कदों? 1975 ਵਿੱਚ ਪਠਾਨਕੋਟੋਂ ਖਰੀਦੀ ਸੀ। ਅੱਛਾ ਜੀ, ਕਿੰਨੇ ਦੀ ਗੱਡੀ ਲਈ? ਇਹ ਉਹਲੇ 4000 ਦੀ ਖਰੀਦੀ। 4000 ਰੁਪਏ ਦੀ? ਹਾਂਜੀ, 4000 ਰੁਪਏ ਗਾੜੀ ਖਰੀਦੀ ਹੈ ਜੀ ਇਹ। ਤੇ ਅੱਜ ਵੀ ਇਹ ਕੰਮ ਵਿੱਚ ਹੈ? ਹੱਤਾ ਕੰਮ ਕਰਦੀ ਹੈ ਜੀ, ਸਭ ਤੋਂ ਵਧੀਆ ਕੰਮ ਕਰਦੀ ਹੈ। ਅੱਛਾ, ਇਹ ਆਪੇ ਮੈਂ ਇਹਨੂੰ ਬਣਾਇਆ ਸੀ, ਇਹਨੂੰ ਕਰੇਨ 'ਚ ਕਨਵਰਟ ਕੀਤਾ। ਉਹ ਅੱਜ ਵੀ ਫਸਟ ਕਲਾਸ ਕੰਮ ਕਰਦੀ ਹੈ। ਅੱਜ ਵੀ ਫਸਟ ਕਲਾਸ? ਹਾਂ, ਬਾਕੀ ਐਸੀ ਜਗ੍ਹਾ ਕੰਮ ਕਰਦੀ ਹੈ ਜਿੱਥੇ ਹੋਰ ਕਿਤੇ ਕਰੇਨਾਂ ਜਿਹੜੀਆਂ ਨਹੀਂ ਕੰਮ ਕਰ ਸਕਣ। ਛੋਟੀ ਤੋਂ ਛੋਟੀ ਜਗ੍ਹਾ ਵੜ ਜਾਂਦੀ ਹੈ ਔਰ ਸਭ ਤੋਂ ਜ਼ਿਆਦਾ ਪਾਵਰਫੁਲ ਹੈ। ਫੋਰ ਹੈ। ਅੱਛਾ, ਤੁਸੀਂ ਪਹਿਲੇ ਆਪੇ ਚਲਾਉਂਦੇ ਸੀ ਗੱਡੀ? ਮੈਂ ਹੁਣ ਵੀ ਕਈ ਵਾਰ ਆਪੇ ਚਲਾਉਂਦਾ। ਹਲੇ ਵੀ ਚਲਾ ਲੈਂਦੇ? ਹਾਂਜੀ ਹਾਂਜੀ। ਅੱਛਾ, ਕੀ ਬਾਤ ਹੈ। ਤੇ ਜਿਲੇ ਸਰ ਆਪੇ ਗੱਡੀ ਚਲਾਉਂਦੇ ਤੇ ਉਸਲੇ ਖਾਲੀ ਇੱਕੋ ਗੱਡੀ ਰੱਖੀ ਦੀ ਸੀ ਕਿ ਹੋਰ ਵੀ ਗੱਡੀਆਂ ਰੱਖੀਆਂ ਜਾਂ ਆਸ ਪਾਸ? ਪਹਿਲੇ ਗੱਡੀ ਇਹੋ ਹੀ ਬਣਾਈ, ਸਭ ਤੋਂ ਪਹਿਲੇ ਜੰਮੂ 'ਚ ਬਣੀ ਵੀ ਪਹਿਲੇ ਕਰੇਨ ਇਹੋ ਹੀ। ਅੱਛਾ, ਫਸਟ ਕਰੇਨ ਇਹ? ਪਹਿਲੇ ਮੈਨੂਅਲੀ ਕਰਦੇ ਰਹੇ ਕੰਮ, ਬਾਅਦ 'ਚ ਕਰੇਨ ਬਣਾਈ ਤੇ ਫਿਰ ਹੋਰ ਕਰੇਨਾਂ ਵੀ ਕਾਫੀ ਆ ਗਈਆਂ। ਮੈਂ ਵੀ ਹੋਰ ਵੀ ਖਰੀਦੀਆਂ ਕਾਫੀ, ਲੇਕਿਨ ਇਹਦੇ ਨਾਲ ਖਾਸ ਪਿਆਰ ਹੈ ਤੇ ਇਹ ਅਸੀਂ ਇਹਨੂੰ ਡਿਸਪੋਜ਼ ਨਹੀਂ ਕੀਤਾ, ਨਾ ਇਹਨੂੰ ਮੇਨਟੇਨਸ ਕਰਕੇ ਰੱਖਣਾ ਪੂਰੇ ਪ੍ਰੋਪਰ। ਅੱਛਾ, ਤੇ ਇਹਦੇ ਨਾਲ ਬੜਾ ਪਿਆਰ ਹੈ ਤੁਹਾਨੂੰ? ਬਿਲਕੁਲ ਸਰ। ਹੁਣ ਹੋਰ ਵੀ ਗੱਡੀਆਂ ਹਨ ਤੁਹਾਡੇ ਕੋਲ? ਹਾਂਜੀ, ਹੈ ਨੇ ਜੀ। ਹਾਂਜੀ, ਹੈ ਨੇ। ਇਹਦੇ ਕਿੰਨੇ ਖਾਸ ਪਿਆਰ ਕਿਉਂ ਹੈ? ਇਹ ਇੱਕ ਤਾਂ ਆਪਣੇ ਹੱਥ ਨਾਲ ਬਣਾਈ ਦੀ ਹੈ, ਤਿਆਰ ਕੀਤੀ ਦੀ ਹੈ। ਦੂਸਰਾ ਹੈ, ਇਹ ਆਪਣੀ ਮਰਜ਼ੀ ਨਾਲ, ਸਾਡੀ ਮਰਜ਼ੀ ਨਾਲ, ਮਰਜ਼ੀ ਮੁਤਾਬਕ ਕੰਮ ਕਰਦੀ ਹੈ। ਕਦੀ ਅੱਜ ਤੱਕ ਕਦੀ ਰਸਤੇ 'ਚ ਪੈਂਚਰ ਵੀ ਨਹੀਂ ਹੋਈ ਵਿਚਾਰੀ। ਹਾਂਜੀ, ਇਹ 1 ਟਨ ਗੱਡੀ ਹੈ? 1 ਟਨ, ਹਾਂਜੀ। ਨਿਸ਼ਾਨ ਬਹੁਤ ਅੱਛਾ ਜੀ। ਔਰ ਬੜੀ ਹੈਵੀ ਗੱਡੀ ਹੈ, ਦੇਖੋ ਅੱਜ ਕੱਲ੍ਹ ਐਸੀ ਕਹਾਂ ਇਤਨੀ ਹੈਵੀ ਗਾੜੀਆਂ ਮਿਲਤੀ ਹੈ। ਤੋ ਇਨਸੇ ਮੁਲਾਕਾਤ ਹੋ ਗਈ ਮੇਰੀ ਕਰਮ ਸਿੰਘ ਜੀ ਸੇ, ਔਰ ਬੜੇ ਦਿਲਚਸਪ ਆਦਮੀ ਹੈ। ਜਬ ਮੈਂ ਇਨਸੇ ਮਿਲਾ ਤੋ ਮੈਨੇ ਇਨਕਾ ਕਹਾ ਕਿ ਹਮ ਬਾਤ ਕਰੇਂਗੇ, ਤੋ ਇਹਨਾਂ ਨੇ ਬੜੇ ਖੁਸ਼ੀ ਕੇ ਸਾਥ ਕਹਾ ਕਿ ਹਾਂ ਜ਼ਰੂਰ ਕਰੇਂਗੇ ਬਾਤ। ਔਰ ਇਨਕੀ ਇਹ ਇਸ ਗਾੜੀ ਸੇ ਇਨਕੋ ਬੜਾ ਪਿਆਰ ਹੈ, ਔਰ ਇਹਨਾਂ ਨੇ ਕਹਾ ਕਿ ਇਸੇ ਕਭੀ ਡਿਸਪੋਜ਼ ਨਹੀਂ ਕਰੇਂਗੇ, ਇਸੇ ਆਪਣੇ ਪਾਸ ਰੱਖੇਂਗੇ, ਮੇਨਟੇਨੈਂਸ ਇਸਕੀ ਕਰਤੇ ਰਹੇਂਗੇ। ਔਰ ਵੀ ਫਿਲਹਾਲ ਇਨਕੇ ਪਾਸ ਗਾੜੀਆਂ ਹੈ, ਲੇਕਿਨ ਇਹ ਜੰਮੂ ਕੀ ਸਭਸੇ ਪਹਿਲੀ ਕਰੇਨ ਹੈ ਜੋ ਲਗਭਗ 1960 ਮਾਡਲ ਕੀ ਹੈ ਔਰ ਇਹਨਾਂ ਨੇ 1975 ਮੈਂ ਇਹ ਖਰੀਦੀ ਥੀ 4000 ਰੁਪਏ ਕੀ, ਔਰ ਆਜ ਵੀ ਇਹ ਫਸਟ ਕਲਾਸ ਗਾੜੀ ਚੱਲ ਰਹੀ ਹੈ। ਕਰਮ ਸਿੰਘ ਜੀ, ਕੋਈ ਆਪਣੀ ਤਰਫੋਂ ਕੋਈ ਸੰਦੇਸ਼, ਕੋਈ ਮੈਸੇਜ ਦਿਓਗੇ? ਬਸ ਜੀ, ਸੰਦੇਸ਼ ਇਹੋ ਹੀ ਆ ਕਿ ਗੌਰਮੈਂਟ ਦੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਇੰਨੀ ਖੁਸ਼ੀ ਦਿੱਤੀ ਹੈ ਕਿ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਇਹਦੇ ਬਾਰੇ। ਅਤੇ ਹੋਰ ਵੀ ਅਸੀਂ ਕੰਮ ਫੈਬਰੀਕੇਸ਼ਨ ਦਾ ਹੀ ਕੰਮ ਕਰਨਾ ਲੋਹੇ ਦਾ, ਔਰ ਅਸੀਂ ਕਰੇਨਾਂ ਤੋਂ ਹੀ ਜ਼ਿਆਦਾ ਇਹਦੇ ਕੋਲੋਂ ਜ਼ਿਆਦਾ ਕੰਮ ਲੈਂਦੇ, ਬਾਕੀ ਕਰੇਨਾਂ ਤੋਂ ਵੀ ਬੜਾ ਅੱਛਾ ਕੰਮ ਕਰਦੀ ਹੈ, ਬਹੁਤ ਫਸਟਾ ਕੰਮ ਕਰਦੀ ਹੈ। ਬੜਾ ਅਸੀਂ ਫੈਬਰੀਕੇਸ਼ਨ ਦਾ ਆਪੇ ਹੀ ਕੰਮ ਕਰਨੇ, ਹੱਥੀਂ ਕੰਮ ਕਰਨੇ। ਬੜਾ ਅੱਛਾ ਲੱਗਿਆ ਕਰਮ ਸਿੰਘ ਜੀ ਗੱਲਬਾਤ ਕਰਕੇ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਸਰ, ਸਤਿ ਸ਼੍ਰੀ ਅਕਾਲ ਜੀ। ਇਹ 1 ਟਨ ਗਾੜੀ ਹੈ ਨਿਸਾਨ ਕੀ, ਔਰ ਸਭਸੇ ਪਹਿਲੀ ਕਰੇਨ ਹੈ, ਔਰ ਕਰਮ ਸਿੰਘ ਜੀ ਮਿਲੇ, ਬੜੇ ਦਿਲਚਸਪ ਆਦਮੀ, ਔਰ ਮਿਲਕਰ ਇਨਸੇ ਬੜਾ ਅੱਛਾ ਲਗਾ। ਔਰ ਆਪ ਲੋਕ ਵੀ ਜਾਣ ਕੇ ਬੜੇ ਖੁਸ਼ ਹੋਣਗੇ ਕਿ ਇਹ ਜੰਮੂ ਕਸ਼ਮੀਰ ਕੀ ਪਹਿਲੀ ਕਰੇਨ ਹੈ ਜੋ ਲਗਭਗ 1975 ਮੈਂ ਕਰਮ ਸਿੰਘ ਜੀ ਨੇ 4000 ਰੁਪਏ ਕੀ ਖਰੀਦੀ ਥੀ। ਦੇਖਤੇ ਰਹੇ JK ਮੀਡੀਆ, ਧੰਨਵਾਦ, ਰਾਮ ਰਾਮ।